ਅਸਲਾਮੁਆਲੇਕਮ ਜੀ ਆਏ ਅਨੁਦੇਸੀ ਲਾਈਫ ਬਾਈ ਰੋਜੀ ਦੇ ਚੈਨਲ ਤੇ ਅੱਜ ਅਸੀਂ ਜਾ ਰਹੇ ਸਾਂ ਅਲ ਮਾਇਦਾ ਰੈਸਟੋਰੈਂਟ ਤੇ ਅਸੀਂ ਉੱਥੇ ਕੰਨੇ ਸਨ ਬੂਫੇ ਕਿਉਂਕਿ ਛੋਟੇ ਦੀ ਸੀ ਵੱਡੇ ਤੇ ਉਹਨੇ ਕਿ ਮੈਂ ਬੂਫੇ ਕਰਨੇ ਤੇ ਅਸੀਂ ਕਿ ਚਲੋ ਇੱਥੇ ਟਰਾਈ ਕਰਨੇ ਆ ਇੱਥੋਂ ਦੇ ਬੂਫੇ ਕਿਹਸੇ ਨੇ ਤੇ ਅਸੀਂ ਫਿਰ ਚਲੇ ਗਏ ਅਲ ਮਾਇਦਾ ਤੇ ਐ ਆਉਂਦੀ ਏ ਰਹੀ ਸੀ ਐਂਟਰੀ ਤੇ ਆ ਦੇਖੋ ਬਾਹਰ ਐਂਟਰੀ ਇਥੋਂ ਦਾ ਉਹਨਾਂ ਨੇ ਸਜਾਇਆ ਹੈ ਇਹ ਵੀ ਇਥੇ ਲਿਖਾ ਲਹੂ ਕੇ ਤੇ ਇਹ ਫਿਰ ਦਰਵਾਜ਼ਾ ਹੈ ਫਿਰ ਦਰਵਾਜ਼ੇ ਤੋਂ ਅੰਦਰ ਗਲੀ ਹੈ ਅੰਦਰ ਜਾਣਾ ਪੈਂਦਾ ਫਿਰ ਅੰਦਰ ਜਾ ਕੇ ਫਿਰ ਦਰਵਾਜ਼ਾ ਤੇ ਇਹ ਫਿਰ ਨਜ਼ਰ ਆਇਆ ਹੈ ਨਾ ਹਾਲੀ ਤੇ ਇੱਥੇ ਉਹਨਾਂ ਨੇ ਬੂਫੇ ਦਾ ਇੰਤਜ਼ਾਮ ਕੀਤਾ ਹੈ ਇਹ ਤੇ ਅਸੀਂ ਤੁਹਾਨੂੰ ਦਹਾਨਨੇ ਆ ਇਥੋਂ ਦੇ ਬੂਫੇ ਕੈਸੇ ਨੇ ਤੇ ਕੀ ਕੀ ਹੈ ਰਵਿਤ ਮੈਂ ਤੁਹਾਨੂੰ ਸਾਰਾ ਕੁਝ ਦਹਾਨਨੀ ਹੈ ਰੀਆਂ ਤੇ ਇਹ ਉਹਨਾਂ ਦੀਆਂ ਚਟਣੀਆਂ ਵਗੈਰਾ ਸੈਲਟ ਵਗੈਰਾ ਜੋ ਕੁਝ ਹੈ ਵੀ ਉਹਨਾਂ ਨੇ ਵਹਾਇਆ ਤੇ ਮੇਰੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਮੈਂ ਹੋਰ ਅੱਛੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੇ ਇਹ ਉਹਨਾਂ ਦੇ ਜਿਹੜੇ ਜਿਹੜੇ ਮੈਨੂ ਚ ਚੀਜ਼ਾਂ ਸਨ ਚਿਪਸ ਦੂਜੀ ਚਿਪਸ ਪਕੌੜੇ ਲੇਕਿਨ ਪੈਸੇ ਦੇ ਹਿਸਾਬ ਨਾਲ ਇੰਡੀਆਂ ਖਾਸ ਉਹਨਾਂ ਨੇ ਕੋਈ ਵੈਰਾਈਟੀਆਂ ਨਹੀਂ ਸਨ ਰੱਖੀਆਂ ਆਂ ਤੇ ਮਿੱਠਾ ਪਾਣੀ ਸੀ ਗੋਲ ਗੱਪਿਆਂ ਦਾ ਖੱਟਾ ਵੀ ਨਹੀਂ ਸੀ ਇਹਦਾ ਤੇ ਸੂਪ ਵਗੈਰਾ ਇੱਕ ਕਵਾਬ ਟਿੱਕੇ ਲੇਕਿਨ ਜਿੰਨੇ ਇੱਕ ਵੱਡੇ ਬੰਦੇ ਦੇ ਐ ਨੇ 20 ਪੌਂਡ ਤੇ 50 ਪੈਨੀਆਂ ਤਕਰੀਬਨ 21 ਪੌਂਡ ਹੋ ਹੀ ਗਿਆ 21 ਪੌਂਡ ਤੇ ਛੋਟੇ ਦੇ ਹੈ ਨੇ 10 ਪਾਉਂਡ ਤੇ 50 ਪੈنس ਮਤਲਬ 10 ਪਾਉਂਡ ਤੇ 50 ਪੈਨੀਆ ਲੇਕਿਨ ਜਿਵੇਂ ਇਹਨਾਂ ਨੇ ਪੈਸੇ ਲਏ ਨੇ ਓਨੀਆਂ ਚੀਜ਼ਾਂ ਨਹੀਂ ਸਨ ਸਾਲਨ ਇਹਨਾਂ ਦੇ ਠੀਕ ਸਨ ਲੇਕਿਨ ਦੂਸਰੀਆਂ ਉਹਨਾਂ ਦੀਆਂ ਜਿਹੜੀਆਂ ਸਾਈਡ ਤੇ ਉਹਨਾਂ ਨੇ ਆਪਣੇ ਵੱਲ ਸਟਾਰਟਰ ਵਗੈਰਾ ਰੱਖਿਆ ਸੀ ਉਹ ਬਿਲਕੁਲ ਨੀ ਸਵਾਦੀ ਏ ਤੇ ਸਾਲਨ ਦੇ ਜ਼ਾਇਕੇ ਉਹਨਾਂ ਦੇ ਠੀਕ ਹੀ ਰਹੇ ਸਨ ਬੱਚੇ ਦੀ ਖੁਸ਼ੀ ਐਸੀ ਸੀ ਕਿ ਚਲੋ ਜਿੱਥੇ ਬੱਚਾ ਹੋਸ਼ ਨਾਲੇ ਮੈਂ ਕਿਹਾ ਚਲੋ ਤੁਹਾਨੂੰ ਵੀ ਵਹਾ ਦਈਏ ਤਾਂ ਕਿ ਇਨਸਾਨ ਨੂੰ ਇੱਕ ਤਜਰਬਾ ਹੋ ਜਾਂਦਾ ਰਹੇ ਤੇ ਜਾਓ ਖਾ ਕੇ ਦੇਖੋ ਕੈਸੇ ਤੁਹਾਨੂੰ ਕੈਸੇ ਲੱਗਦੇ ਰਹੇ ਨੇ ਐ ਜ਼ਰਦਾ ਹਲਵਾ ਗੁਲਾਬ ਜਾਮਨ ਆਈਸਕ੍ਰੀਮ ਵਗੈਰਾ ਕੇਕ ਵਗੈਰਾ ਜਿਹੜਾ ਜਿਹੜਾ ਕੇਕ ਖਾਣਾ ਤੇ ਖਾ ਲਵੋ ਤੇ ਇਹ ਉਹਨਾਂ ਦੇ ਸੈਟਿੰਗ ਵਗੈ ਸੈਟਿੰਗ ਜਿੱਥੇ ਬਹਿ ਕੇ ਤੁਸੀਂ ਖਾਣਾ ਹੈ ਰਾਵੇ ਮੈਂ ਵੀਡੀਓ ਬਣਾਨੀ ਪਈ ਸਾਂ ਉਹਨੇ ਦੇਰੀ ਚੋਣਾ ਨੇ ਆਪਣਾ ਸਟਾਰਟਰ ਪਾ ਕੇ ਤੇ ਖਾਣਾ ਸ਼ੁਰੂ ਕਰਤਾ ਐਂਡ ਤੇ ਫਿਰ ਅਸੀਂ ਆਪਣੇ ਛੋਟੇ ਦੀ ਕਰ ਲਈਤੀ ਬਰਥਡੇ ਅਸੀਂ ਕਿਹਾ ਚਲੋ ਤੇਰਾ ਵੀ ਕੇਕ ਵੱਡੇ ਦਾ ਕੱਟ ਕੇ ਤੇ ਤਿੰਨ ਵੀ ਖੁਸ਼ ਕਰਦੇ ਤੇ ਉਹਨਾਂ ਨੇ ਕਿਹਾ ਕਿ ਉਹ ਫੁੱਲ ਹੋ ਗਿਆ ਸਾਨੂੰ ਉਹਨਾਂ ਨੇ ਕਿਹਾ ਅਸੀਂ ਨਹੀਂ ਖਾਣਾ ਹੈ ਰਾ ਤੇ ਮੈਨੂੰ ਵੀ ਉਹਨੇ ਕੀ ਖਾ ਲਿਆ ਮੈਂ ਕਿ ਨਹੀਂ ਮੈਂ ਵੀ ਨਹੀਂ ਖਾਣਾ ਇਹ ਰ ਤੇ ਮੈਂ ਵੀ ਫੁੱਲ ਹੋ ਗਈ ਸਾਂ ਤੇ ਇੱਥੋਂ ਸਾਡੀ ਮੁੱਕ ਗਈ ਵੱਡੇ ਤੇ ਅਸੀਂ ਹੁਣ ਜਾ ਰਹੇ ਹਾਂ ਕਾਰ